नमस्कार, खबरां दिस बुलेटिन विच तुहाडा स्वागत है। मैं हां कुसुम सोनिया। पहला एक नजर चुनवीआं खबरां ते। राजनाथ सिंह ने कहा कि राफेल लड़ाकू जहाज नाल देश दी हवाई ताकत वधी है। रक्षा मंत्री ने कहा कि देश दीआं हथियारबंद फौजां च आधुनिक साजो समान की शमूलियत रक्षा ताकत नूं वधाउण लई कीती जा रही है। प्रधानमंत्री नरेंद्र मोदी ने लोगों नूं अन्न की बर्बादी रोकण, ऊर्जा संभालण ते पाणी बचाउण की मुहिम च अपना योगदान पाउण दा सद्दा दित्ता। ਫਿਰੋਜ਼ਪੁਰ ਦੇ ਕਿਸਾਨਾਂ ਦੇ ਸਮੂਹ ਨੇ ਬਿਨਾਂ ਕੱਦੂ ਕੀਤੇ ਵੱਟਾਂ ਤੇ ਝੋਨਾ ਬੀਜ ਕੇ ਪਾਣੀ ਦੀ ਬਚਤ ਅਤੇ ਵੱਧ ਝਾੜ ਪ੍ਰਾਪਤ ਕਰਨ ਦੀ ਮਿਸਾਲ ਪੇਸ਼ ਕੀਤੀ। ਕੇਂਦਰੀ ਚੋਣ ਕਮਿਸ਼ਨ ਦੀ ਇੱਕ ਟੀਮ ਅੱਜ ਤੋਂ 2 ਦਿਨਾਂ ਹਰਿਆਣਾ ਦੇ ਦੌਰੇ ਤੇ। ਅਤੇ ਐਮਸੀ ਮੈਰੀਕੌਮ ਅਤੇ ਮੰਜੂ ਰਾਣੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪੁੱਜੀਆਂ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਾਫੇਲ ਲੜਾਕੂ ਜਹਾਜ਼ ਨਾਲ ਭਾਰਤ ਦੀ ਹਵਾਈ ਖੇਤਰ ਵਿੱਚ ਤਾਕਤ 'ਚ ਵਾਧਾ ਹੋਵੇਗਾ। ਰੱਖਿਆ ਮੰਤਰੀ ਨੇ ਫਰਾਂਸ ਦੇ ਸ਼ਹਿਰ ਮੈਰੀਨੇਕ 'ਚ ਰਾਫੇਲ ਦੀ ਉਡਾਨ ਭਰਨ ਮਗਰੋਂ ਪੱਤਰਕਾਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇੱਕ ਯਾਦਗਾਰੀ ਲਮਹਾ ਹੈ ਅਤੇ ਤਾ ਉਮਰ ਅਜਿਹਾ ਤਜ਼ਰਬਾ ਇੱਕੋ ਵਾਰੀ ਮਿਲਦਾ ਹੈ। ਉਹਨਾਂ ਕਿਹਾ ਕਿ ਹਵਾਈ ਸੈਨਾ ਦੇ ਬੇੜੇ 'ਚ ਰਾਫੇਲ ਨੂੰ ਸ਼ਾਮਲ ਕੀਤੇ ਜਾਣ ਨਾਲ ਦੇਸ਼ ਦੀ ਸੁਰੱਖਿਆ ਤਾਕਤ 'ਚ ਵਾਧਾ ਹੋਵੇਗਾ। ਰੱਖਿਆ ਮੰਤਰੀ ਨੇ ਦੱਸਿਆ ਕਿ ਦੇਸ਼ ਦੀਆਂ ਹਥਿਆਰਬੰਦ ਫੌਜਾਂ 'ਚ ਆਧੁਨਿਕ ਸਾਜ਼ੋ ਸਮਾਨ ਦੀ ਸ਼ਮੂਲੀਅਤ ਕਿਸੇ ਦੇਸ਼ ਨੂੰ ਡਰਾਉਣ ਲਈ ਨਹੀਂ, ਸਗੋਂ ਆਪਣੀ ਰੱਖਿਆ ਤਾਕਤ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ। ਰਾਫੇਲ ਜਹਾਜ਼ ਨੂੰ ਖਰੀਦਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤੀ ਮਿਲੀ ਹੈ। ਫਰਾਂਸ ਔਰ ਭਾਰਤ ਦਾ ਜਹਾਂ ਤੱਕ ਸੰਬੰਧ ਹੈ, ਉਹ 2 ਸਾਲ, 4 ਸਾਲ, 6 ਸਾਲ, 10 ਸਾਲ ਕਾ ਨਹੀਂ ਹੈ, 20-25 ਸਾਲ ਕਾ ਬਹੁਤ ਹੀ ਪੁਰਾਣਾ ਹਮਾਰਾ ਇੱਕ ਸਟ੍ਰੈਟਜੀਕ ਰਿਲੇਸ਼ਨ, ਇੱਕ ਰਣਨੀਤਿਕ ਰਿਸ਼ਤਾ ਫਰਾਂਸ ਦੇ ਸਾਥ। ਭਾਰਤ ਨੂੰ ਰਾਫੇਲ ਸੌਦੇ ਤਹਿਤ ਫਰਵਰੀ 2021 ਤੱਕ 18 ਰਾਫੇਲ ਜਹਾਜ਼ ਮਿਲਣਗੇ। ਬਾਕੀ ਦੇ ਰਹਿੰਦੇ ਰਾਫੇਲ ਜਹਾਜ਼ 2022 ਵਿੱਚ ਅਪ੍ਰੈਲ ਤੋਂ ਮਈ ਮਹੀਨੇ ਦੌਰਾਨ ਮਿਲ ਜਾਣਗੇ। ਭਾਰਤੀ ਹਵਾਈ ਫੌਜ ਨੇ ਫਰਾਂਸ ਤੋਂ ਪਹਿਲਾਂ ਲੜਾਕੂ ਹਵਾਈ ਜਹਾਜ਼ ਰਾਫੇਲ ਹਾਸਲ ਕਰ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਜ਼ਰੀ ਵਿੱਚ ਫਰਾਂਸ ਦੇ ਸ਼ਹਿਰ ਬੋਰਦੀਓ ਵਿੱਚ ਇਹ ਜਹਾਜ਼ ਭਾਰਤ ਦੇ ਹਵਾਲੇ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਫਰਾਂਸ ਦੇ ਮੈਰੀਨੇਕ 'ਚ ਲੜਾਕੂ ਹਵਾਈ ਜਹਾਜ਼ ਵਿੱਚ ਉਡਾਣ ਵੀ ਭਰੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਸਮਾਗਮ ਭਾਰਤੀ ਹਵਾਈ ਫੌਜ ਲਈ ਇੱਕ ਇਤਿਹਾਸਿਕ ਮੌਕਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਕਦਮ ਭਾਰਤ ਅਤੇ ਫਰਾਂਸ ਵਿਚਾਲੇ ਅਹਿਮ ਰਣਨੀਤਿਕ ਭਾਈਵਾਲੀ ਦਾ ਪ੍ਰਤੀਕ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਮਾਗਮ ਅਜਿਹੇ ਮੌਕੇ ਤੇ ਹੋ ਰਿਹਾ ਹੈ ਜਦੋਂ ਭਾਰਤੀ ਹਵਾਈ ਫੌਜ ਆਪਣਾ ਸਥਾਪਨਾ ਦਿਹਾੜਾ ਮਨਾ ਰਹੀ ਹੈ ਅਤੇ ਦੇਸ਼ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰਾਫੇਲ ਇੱਕ ਫ੍ਰੈਂਚ ਸ਼ਬਦ ਹੈ ਜਿਸ ਦਾ ਹਿੰਦੀ ਮੈਂ ਅਰਥ ਹੋਤਾ ਹੈ ਆਂਧੀ, ਯਾਨੀ ਗਸਟ ਆਫ ਵਿੰਡਸ। ਮੇਰੇ ਪੂਰੀ ਉਮੀਦ ਹੈ ਕਿ ਆਪਣੇ ਨਾਮ ਕੋ ਸਾਰਥਕ ਕਰੇਗਾ। ਹਮਾਰੀ ਵਾਯੂ ਸੈਨਾ ਵਿਸ਼ਵ ਕੀ ਚੌਥੀ ਸਭਸੇ ਬੜੀ ਵਾਯੂ ਸੈਨਾ ਹੈ। ਮੈਂ ਆਸ਼ਵਸਤ ਹੂੰ ਕਿ ਰਫਾਲ ਮੀਡੀਅਮ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਹਮਕੋ ਔਰ ਮਜ਼ਬੂਤੀ ਪ੍ਰਦਾਨ ਕਰੇਗਾ। ਵਿਜੈਦਸ਼ਮੀ ਅਤੇ ਦੁਸਹਿਰੇ ਦਾ ਤਿਉਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਨਵੀਂ ਦਿੱਲੀ ਵਿੱਚ ਇਸ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਹਰ ਤਿਉਹਾਰ ਸਮਾਜ ਨੂੰ ਇੱਕ ਦੂਜੇ ਨਾਲ ਜੋੜਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਲੋਕਾਂ ਵਿੱਚ ਨਵਾਂ ਜੋਸ਼ ਭਰਦੇ ਨੇ ਤੇ ਸੁਪਨੇ ਸਜਾਉਣ ਦਾ ਕੰਮ ਕਰਦੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਜੇ ਲੋਕ ਇਕੱਠੇ ਰਹਿਣ ਦੀ ਤਾਕਤ ਨੂੰ ਸਮਝਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਸ਼ਕਤੀ ਸਾਧਨਾ ਦੀ ਧਰਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਹਰ ਬੇਟੀ ਦਾ ਸਤਿਕਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਔਰਤਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ ਨਾਲ ਉਹਨਾਂ ਦੀ ਗਰਿਮਾ ਵਧਾਉਣ ਲਈ ਵੀ ਕੰਮ ਕਰਨ ਦਾ ਸੱਦਾ ਦਿੱਤਾ। हम चुनौतियों के साथ चुनौती देने वाले भी हैं और आवश्यकता के अनुसार अपने आप को बदलने वाले भी लोग हैं। समय रहते परिवर्तन लाना और इसी का कारण है जब कोई कहता है कि हस्ती मिटती नहीं हमारी, क्यों नहीं मिटती, उसका कारण यही है। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ 150ਵੇਂ ਜਯੰਤੀ ਵਰੇ ਤੇ ਲੋਕਾਂ ਨੂੰ ਅੰਨ ਦੀ ਬਰਬਾਦੀ ਰੋਕਣ, ਊਰਜਾ ਸੰਭਾਲਣ ਅਤੇ ਪਾਣੀ ਬਚਾਉਣ ਲਈ ਇੱਕ ਮਿਸ਼ਨ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਉਹਨਾਂ ਲੋਕਾਂ ਨੂੰ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਬੁਰਾਈ ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ ਦਾ ਪੁਤਲੇ ਨੂੰ ਅੱਗ ਵੀ ਲਗਾਈ।
ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵਿਜੇ ਦਸ਼ਮੀ ਮੌਕੇ ਨਾਗਪੁਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਜੰਮੂ ਕਸ਼ਮੀਰ 'ਚੋਂ ਹਟਾਏ ਜਾਣਾ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਹ ਧਾਰਾ ਸੰਸਦੀ ਪ੍ਰਕਿਰਿਆ ਨੂੰ ਅਪਣਾ ਕੇ ਰੱਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਕਰੜੇ ਕਦਮਾਂ ਨਾਲ ਅੱਤਵਾਦ ਦੀਆਂ ਘਟਨਾਵਾਂ ਨੂੰ ਠੱਲ ਪਈ ਹੈ। ਭਾਗਵਤ ਨੇ ਲੋਕਾਂ ਨੂੰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ RSS ਉਹਨਾਂ ਲੋਕਾਂ ਦਾ ਸਮਰਥਨ ਨਹੀਂ ਕਰਦਾ ਜਿਹੜੇ ਸੰਵਿਧਾਨ ਵਿਰੋਧੀ ਅਤੇ ਹਿੰਸਕ ਸਰਗਰਮੀਆਂ 'ਚ ਸ਼ਾਮਲ ਹੁੰਦੇ ਨੇ। ਦੇਸ਼ ਦੇ ਅਰਥਚਾਰੇ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਕੁਝ ਸਨਅਤਾਂ ਦਾ ਨਿੱਜੀਕਰਨ ਕਰਨਾ ਜ਼ਰੂਰੀ ਹੈ। ਪੰਜਾਬ ਦੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਸਾਉਣੀ ਦੇ ਸੀਜ਼ਨ ਦੌਰਾਨ 170 ਲੱਖ ਟਨ ਝੋਨਾ ਪੰਜਾਬ ਦੀਆਂ ਮੰਡੀਆਂ 'ਚ ਆਉਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਖਰੀਦ ਅਤੇ ਲਿਫਟਿੰਗ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਚਿੰਤਾਜਨਕ ਢੰਗ ਨਾਲ ਹੇਠਾਂ ਜਾਣ ਦੇ ਮੱਦੇਨਜ਼ਰ ਸਮੇਂ ਦੀਆਂ ਸਰਕਾਰਾਂ, ਖੇਤੀ ਮਾਹਿਰ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ ਦੀ ਸਲਾਹ ਦਿੰਦੇ ਰਹੇ ਨੇ। ਝੋਨੇ ਦੀ ਲੁਆਈ ਸਮੇਂ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਨੇ ਜਿਨ੍ਹਾਂ ਨੇ ਮਾਹਿਰਾਂ ਦੀ ਸਲਾਹ ਮੰਨਦਿਆਂ ਬਿਨਾਂ ਕੱਦੂ ਕੀਤੇ ਝੋਨਾ ਬੀਜਿਆ। ਅਜਿਹੇ ਹੀ ਕਿਸਾਨਾਂ ਦੇ ਇੱਕ ਸਮੂਹ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਟਾਂ 'ਤੇ ਝੋਨਾ ਲਾਉਣ ਦੀ ਵਿਧੀ ਨਾਲ ਬਿਜਾਈ ਕੀਤੀ। ਨਤੀਜੇ ਵਜੋਂ ਇਸ ਵਿਧੀ ਨਾਲ ਪਾਣੀ ਦੀ 50% ਬਚਤ ਕੀਤੀ ਗਈ। ਕਿਸਾਨ ਫਸਲ ਦੇਖ ਕੇ ਬਾਗੋ ਬਾਗ ਨੇ, ਕਿਉਂਕਿ ਇਸ ਫਸਲ ਦੀ ਸਿਹਤ ਦੱਸਦੀ ਹੈ ਕਿ ਇਸ ਵਾਰ ਝਾੜ ਵੱਧ ਹੋਣ ਦੀ ਉਮੀਦ ਹੈ। ਪ੍ਰਸਾਰ ਭਾਰਤੀ ਦੇ ਪ੍ਰਤੀਨਿਧੀ ਜਸਵਿੰਦਰ ਬਿੱਟਾ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਫਾਰਮਰ ਹੈਲਪ ਸੇਵਾ ਸੁਸਾਇਟੀ ਬਣਾਈ ਗਈ ਸੀ ਅਤੇ ਸੁਸਾਇਟੀ ਦੇ ਕਹਿਣ 'ਤੇ ਹੀ ਇਸ ਵਾਰ ਕਿਸਾਨ ਸਮੂਹ ਨੇ ਬਿਨਾਂ ਕੱਦੂ ਕੀਤੇ ਝੋਨਾ ਬੀਜਿਆ। ਸੁਸਾਇਟੀ ਦੇ ਪ੍ਰਧਾਨ ਬੂਟਾ ਸਿੰਘ ਧੀਰਾ ਪੱਤਰਾ ਨੇ ਦੱਸਿਆ ਕਿ ਕੱਦੂ ਕਰਕੇ ਝੋਨੇ ਦੀ ਬਿਜਾਈ ਕਰਨ ਨਾਲ ਮਿਥੇਨ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਮਿਥੇਨ ਗੈਸ ਮਨੁੱਖੀ ਸਿਹਤ ਲਈ ਧੂੰਏ ਤੋਂ ਵੀ ਜ਼ਿਆਦਾ ਖਤਰਨਾਕ ਹੈ। ਪਾਣੀ ਦੀ ਬਚਤ ਅਤੇ ਮਿਥੇਨ ਗੈਸ ਤੋਂ ਮੁਕਤੀ ਲਈ ਇਸ ਵਾਰ ਕਿਸਾਨਾਂ ਨੇ ਵੱਟਾਂ 'ਤੇ ਝੋਨੇ ਦੀ ਬਿਜਾਈ ਕੀਤੀ ਜਿਸ ਨਾਲ ਖੇਤ ਵਿੱਚ ਬੀਜੀ ਫਸਲ ਨੂੰ ਵੀ ਹਵਾ, ਰੌਸ਼ਨੀ, ਧੁੱਪ ਆਦਿ ਇਕਸਾਰ ਮਿਲਣ ਨਾਲ ਫਸਲ ਬਿਹਤਰ ਹੋਈ। ਸੁਸਾਇਟੀ ਦੇ ਮੈਂਬਰ ਵਿਰਸਾ ਸਿੰਘ, ਕਸ਼ਮੀਰ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਜੇਕਰ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਇਸ ਵਿਧੀ ਨੂੰ ਅਪਣਾਉਣ ਤਾਂ ਪਹਿਲੇ ਸਾਲ ਕੀੜੇ ਮਾਰ ਦਵਾਈਆਂ ਦਾ ਖਰਚਾ ਅਤੇ 2-3 ਸਾਲਾਂ ਵਿੱਚ DPA ਯੂਰੀਆ ਦਾ ਖਰਚਾ ਵੀ ਬੰਦ ਹੋ ਜਾਵੇਗਾ। ਉਹਨਾਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਇਹ ਤਜਰਬੇ ਕੀਤੇ ਉਹ ਸਫਲ ਰਹੇ। ਸੀਮਾ ਸੁਰੱਖਿਆ ਬਲ ਨੇ ਫਿਰੋਜ਼ਪੁਰ ਸੈਕਟਰ 'ਚ ਸਰਹੱਦ ਨੇੜਿਓਂ 1 ਤੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। BSF ਦੇ ਇੱਕ ਬੁਲਾਰੇ ਨੇ ਫਿਰੋਜ਼ਪੁਰ ਵਿੱਚ ਦੱਸਿਆ ਕਿ ਸਰਹੱਦ 'ਤੇ ਤਾਇਨਾਤ BSF ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਸ਼ੱਕੀ ਹਰਕਤ ਹੁੰਦਿਆਂ ਦੇਖ ਕੇ ਚੌਕਸੀ ਵਰਤੀ ਅਤੇ ਕੰਡਿਆਲੀ ਤਾਰ ਦੇ ਦੂਜੇ ਪਾਸੇ ਸਰਗਰਮ ਸ਼ੱਕੀ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ। BSF ਦੇ ਜਵਾਨਾਂ ਵੱਲੋਂ ਲਤਾੜੇ ਜਾਣ 'ਤੇ ਪਾਕਿਸਤਾਨੀ ਸਮੱਗਲਰ ਹਨੇਰੀ ਅਤੇ ਖੜੀਆਂ ਫਸਲਾਂ ਦਾ ਫਾਇਦਾ ਚੁੱਕ ਕੇ ਭੱਜਣ 'ਚ ਕਾਮਯਾਬ ਰਹੇ। ਮੁੜ ਇਲਾਕੇ ਦੀ ਪੁੱਛਗਿੱਛ ਦੌਰਾਨ 1-1 ਕਿਲੋ ਭਾਰ ਦੇ ਹੈਰੋਇਨ ਦੇ 2 ਪੈਕਟ ਬਰਾਮਦ ਕੀਤੇ ਗਏ। ਕੇਂਦਰੀ ਚੋਣ ਕਮਿਸ਼ਨ ਦੀ ਇੱਕ ਟੀਮ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਰਿਆਣਾ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ 2 ਦਿਨਾਂ ਦੌਰੇ ਦੌਰਾਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਸਣੇ ਇਲੈਕਸ਼ਨ ਕਮਿਸ਼ਨਰ ਅਸ਼ੋਕ ਨਵਾਸਾ ਅਤੇ ਸੁਸ਼ੀਲ ਚੰਦਰਾ ਵੱਖੋ ਵੱਖਰੀਆਂ ਮੀਟਿੰਗਾਂ ਦੌਰਾਨ ਹਰਿਆਣਾ 'ਚ ਬਿਨਾਂ ਕਾਗਜ਼ਾਂ ਤੋਂ ਚੋਣ ਯਕੀਨੀ ਬਣਾਉਣ ਦੀਆਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਚੋਣ ਕਮਿਸ਼ਨ ਦੀ ਟੀਮ ਵੱਲੋਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਸਮੇਤ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਦੂਜੇ ਪਾਸੇ ਜੰਮੂ ਕਸ਼ਮੀਰ ਵਿੱਚ ਬਲਾਕ ਵਿਕਾਸ ਕੌਂਸਲ ਦੇ ਚੇਅਰਪਰਸਨਾਂ ਦੀ ਚੋਣ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਜੰਮੂ ਕਸ਼ਮੀਰ ਦੇ 310 ਬਲਾਕਾਂ ਲਈ ਦਰਜ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਕੱਲ੍ਹ ਕੀਤੀ ਜਾਵੇਗੀ ਅਤੇ ਉਮੀਦਵਾਰ 11 ਅਕਤੂਬਰ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ। ਇਸ ਮੰਤਵ ਲਈ ਚੋਣਾਂ 24 ਅਕਤੂਬਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਪੁਆਈਆਂ ਜਾਣਗੀਆਂ। ਵੋਟਾਂ ਦੀ ਗਿਣਤੀ ਵੀ ਇਸੇ ਦਿਨ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਨਾਲ ਪੰਚਾਇਤ ਰਾਜ ਢਾਂਚੇ ਦੇ ਦੂਜੇ ਗੇੜ ਦਾ ਕੰਮ 5 ਨਵੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਚੋਣਾਂ ਪਾਰਟੀ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਨੇ। ਇਹਨਾਂ ਚੋਣਾਂ 'ਚ 36,629 ਪੰਚ ਅਤੇ ਸਰਪੰਚ ਵੋਟ ਪਾਉਣ ਦਾ ਹੱਕ ਰੱਖਦੇ ਨੇ। ਚੀਨ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਮਿਲ ਕੇ ਕਸ਼ਮੀਰ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਚੀਨ ਦੇ ਸ਼ਹਿਰ ਬੀਜਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਰਵਾਇਤੀ ਉੱਚ ਪੱਧਰੀ ਸੰਬੰਧ ਨੇ। ਪੱਤਰਕਾਰਾਂ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦੌਰੇ ਦੌਰਾਨ ਕਸ਼ਮੀਰ ਮਸਲੇ 'ਤੇ ਗੱਲਬਾਤ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬੁਲਾਰੇ ਨੇ ਕਿਹਾ ਕਿ ਕਸ਼ਮੀਰ ਮਸਲਾ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ। ਦੂਜੇ ਪਾਸੇ ਗੈਰ ਰਸਮੀ ਸਿਖਰ ਸੰਮੇਲਨ ਤੋਂ ਪਹਿਲਾਂ ਨਵੀਂ ਦਿੱਲੀ 'ਚ ਚੀਨੀ ਰਾਜਦੂਤ ਸੁਨ ਵਿਦੋਂਗ ਨੇ ਕਿਹਾ ਕਿ ਭਾਰਤ ਅਤੇ ਚੀਨ ਨੂੰ ਖੇਤਰੀ ਪੱਧਰ 'ਤੇ ਵਾਰਤਾ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਵਿਵਾਦ ਸੁਲਝਾਉਣੇ ਚਾਹੀਦੇ ਨੇ। ਦੋਹਾਂ ਦੇਸ਼ਾਂ ਨੂੰ ਸਾਂਝੇ ਤੌਰ 'ਤੇ ਅਮਨ ਅਤੇ ਸਥਿਰਤਾ ਕਾਇਮ ਰੱਖਣੀ ਚਾਹੀਦੀ ਹੈ।
रूस के शहर उलान उदे औरतों की विश्व मुक्केबाजी चैंपियनशिप च भारत की एमसी मैरीकॉम ने 56 किलो भार वर्ग के क्वार्टर फाइनल में दाखला हासिल किया है। 6 बार की विश्व चैंपियन मैरीकॉम ने थाईलैंड की युटामस जिटपोंग 5-0 हरा के आखिरी 8 विच थां हासिल की। जिटपोंग ने हमलावर ढंग शुरुआत करदिया मैरीकॉम के मुक्कियां की बाछड़ कर दी। मैरीकॉम ने पहले 3 मिनट अपनी विरोधी की तकनीक समझ च लगाए, उस मगरों मैरीकॉम ने जिटपोंग से शिकंजा कसना शुरू कर दिता तो एक पासड़ मैच जित के क्वार्टर फाइनल च थां हासिल की। भारत की मंजू राणी 48 किलोग्राम भार वर्ग के क्वार्टर फाइनल च पुज गई है। उसने वेनजुएला की रोजास ट्योनिस सोरेनो 5-0 हराया। इस मुकाबले के 75 किलोग्राम के भार वर्ग के प्री क्वार्टर फाइनल गेड में भारत की स्वीटी बूरा वेलिस की लॉरेन प्राइस ने 1 के मुकाबले 3 अंकों के फर्क न हरा के क्वार्टर फाइनल में दाखला हासिल किया। इस खबरों का बुलेटिन खत्म होंगे, आगे दौ धनवाद।